ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਕਨਸਟੇਬਲ ਦਾ ਐਗਜ਼ਾਮ ਦੇਣ ਤੋਂ ਪਹਿਲਾਂ ਤੁਸੀਂ ਕੀ ਕੁਝ ਲੈ ਕੇ ਜਾਣਾ ਹੈ ਤੇ ਕਿਹੜੇ-ਕਿਹੜੇ ਆਪਣੇ ਫਾਰਮ ਦੀ ਫੋਟੋਕਾਪੀ ਐਂਡ origignal ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣੇ ਨੇ ਇਸ ਬਾਰੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਕੁਝ ਕੱਲ ਦੀ ਵੀਡੀਓ ਤੇ ਜਿਹੜੇ ਕਮੈਂਟ ਆਏ ਨੇ ਉਹ ਮੈਂ ਤੁਹਾਨੂੰ ਦਿਖਾ ਦੇਣਾ ਤਾਂ ਦੇਖੋ ਦੋਸਤੋ ਮਨੋਹਰ ਲਾਲ ਆ ਕੋਈ ਮੇਰਾ ਵੀਰ ਇਹ ਕਹਿੰਦਾ ਫੇਕ ਵੀਡੀਓ ਕਿਉਂ ਬਣਾਉਂਦੇ ਹੋ ਬੱਚਿਆਂ ਨੂੰ ਕਿਉਂ ਗਲਤ ਇਨਫੋਰਮੇਸ਼ਨ ਦੇ ਨੋ ਫੁੱਦੂ ਮੋਂ ਤੁਸੀਂ ਤਦੋਂ ਮੈਂ ਲਾਈਵ ਵੀਡੀਓ ਪਾਈ ਹੈ ਉਸ ਵਿੱਚ ਕੋਈ ਐਡੀਟਿੰਗ ਨਹੀਂ ਕੀਤੀ ਕੋਈ ਵੀ ਇਫੈਕਟ ਨਹੀਂ ਲਾਇਆ ਕੋਈ ਵੀ ਵੌਇਸ ਨਹੀਂ ਮੈਂ ਨਾਲ ਅਪਲੋਡ ਕੀਤੀ ਫਿਰ ਵੀ ਬੱਚਿਆਂ ਨੂੰ ਐਵੇਂ ਨਹੀਂ ਪਤਾ ਲੱਗਦਾ ਕਿ ਇਹ ਵੀਡੀਓ ਫੇਕ ਹੈ ਜਾਂ ਰੀਅਲ ਮੈਂ ਵੀਡੀਓ ਵਿੱਚ ਕਿਹਾ ਕਿ ਅੱਧੇ ਕੈਂਡੀਡੇਟਾਂ ਦਾ ਜਿਹੜਾ ਕਿ ਐਡਮਿਟ ਕਾਰਡ ਆ ਚੁੱਕਾ ਹੈ ਅਧਿਆਂ ਦਾ ਸਵੇਰ ਤੱਕ ਆ ਜਾਣਗੇ ਤੇ ਹੋਇਆ ਵੀ ਐਵੇਂ ਅਧਿਆਂ ਦਾ ਅੱਜ ਸਵੇਰੇ ਐਡਮਿਟ ਕਾਰਡ ਡਾਊਨਲੋਡ ਹੋ ਵੀ ਗਏ ਨੇ ਕਾਫੀਆਂ ਦੇ ਤਾਂ ਇਸੇ ਤਰ੍ਹਾਂ ਫੇਕ ਦੇ ਕਮੈਂਟ ਲਿਖ ਕੇ ਹੋਰ ਬਤੇਰੀ ਮਤਲਬ ਕਿ ਗੱਲਾਂ ਬਾਤਾਂ ਕਰਕੇ ਮਤਲਬ ਕਿ ਜਿੰਨਾਂ ਦੇ ਨਹੀਂ ਲਿਖੜਿਆ ਐਡਮਿਟ ਐਟ ਲੀਸਟ ਤੁਸੀਂ ਇਹ ਪੁੱਛ ਸਕਦੇ ਸੀ ਕਿ ਸਰ ਇਹਨਾਂ ਦਾ ਆਗਿਆ ਜਿਹਦਾ ਮੈਂ ਐਡਮਿਟ ਕਾਰਡ ਤੁਹਾਨੂੰ ਡਾਊਨਲੋਡ ਕਰਕੇ ਦਿਖਾਇਆ ਸਾਡਾ ਕਿਉਂ ਨਹੀਂ ਆਇਆ ਮਤਲਬ ਕੀ ਪ੍ਰੋਬਲਮ ਹੈ ਤਾਂ ਇਹ ਮਤਲਬ ਕਿ ਇਸ ਸਵਾਲ ਦਾ ਜਵਾਬ ਇਹ ਤੁਹਾਨੂੰ ਮਿਲ ਜਾਂਦਾ ਤੇ ਇਹ ਕੋਈ ਹੱਲ ਨਿਕਲ ਜਾਂਦਾ ਬਟ ਇਹ ਕੀ ਗੱਲ ਹੁੰਦੀ ਹੈ ਯਾਰ ਫੇਕ ਮੈਂ ਅੱਜ ਤੱਕ ਆਪਣੇ ਚੈਨਲ ਦੇ ਕਦੇ ਨਾ ਫੇਕ ਵੀਡੀਓ ਪਾਈ ਐਂਡ ਨਾ ਕਦੇ ਫੇਕ ਵੀਡੀਓ ਪਾਵਾਂਗਾ ਇਸ ਇੱਕ ਵਾਲੇ ਕਮੈਂਟ ਸੀ ਜਿਹੜੇ ਇਹ ਤਾਂ ਚਲੋ ਜਿਹੜੇ ਆਉਟਰ ਸੀ ਜਿਹੜੇ ਵੀ ਮੇਰੇ ਚੈਨਲ ਦੇ ਸਬਸਕ੍ਰਾਈਬਰ ਨਹੀਂ ਹੈ ਉਹਨਾਂ ਨੇ ਕਮੈਂਟ ਕੀਤਾ ਹੋਇਆ ਐਤੋਂ ਤੱਕ ਕਿ ਜਿਹੜੇ ਮੇਰੇ ਡੇਲੀ ਦੇ ਸਬਸਕ੍ਰਾਈਬਰ ਨੇ ਡੇਲੀ ਮੇਰੇ ਤੋਂ ਵੀਡੀਓ ਮਤਲਬ ਕਲਾਸੇ ਲੈਂਦੇ ਨੇ ਪੀਡੀਐਫ ਫਾਈਲ ਜਿਨ੍ਹਾਂ ਨੂੰ ਮੈਂ ਸੈਂਡ ਕੀਤੀ ਹੈ ਜਿਹੜੇ ਮੇਰੇ ਨਾਲ ਇੰਸਟਾਗ੍ਰam ਤੇ ਜੁੜੇ ਹੋਏ ਨੇ ਉਹ ਬੱਚੇ ਵੀ ਦੇਖ ਲਓ ਚੈੱਕ ਕਰ ਰਹੇ ਨੇ ਯਾਰ ਉਹਨਾਂ ਬੱਚਿਆਂ ਨੂੰ ਤਾਂ ਪਤਾ ਹੀ ਹੈ ਕਿ ਸਰ ਨੇ ਅਸਤੱਕ ਐਨੀ ਹਲਪ ਕੀਤੀ ਹੈ ਐਨੀ ਕਲਾਸੇ ਤੁਹਾਨੂੰ ਪ੍ਰੋਵਾਈਡ ਕਰਾਈਆਂ ਐਨੀ ਪੀਡੀਐਫ ਫਾਈਲਸ ਤੁਹਾਨੂੰ ਪ੍ਰੋਵਾਈਡ ਕਰਵਾਈਆਂ ਹੈ ਫਿਰ ਵੀ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਦੇਖੋ ਡੀਮੋਟੀਵੇਟ ਹੋ ਜੁੰਦਾ ਬੰਦਾ ਹੁਣ ਇੱਕ ਵੀਰ ਸੀ ਇੱਥੇ ਉਹਨੇ ਸ਼ਾਇਦ ਕਮੈਂਟ ਆਪਦੇ ਡਿਲੀਟ ਕਰਤੇ ਤਾਂ ਉਹਦਾ ਇੱਕ ਅੱਧਾ ਕਮੈਂਟ ਇੱਥੇ ਪਿਆ ਮੈਂ ਨੋਟਿਸ ਕੀਤਾ ਸੀ ਤਾਂ ਉਹਨੇ ਇੰਨਾ ਬੁਰਾ ਚੰਗਾ ਬੋਲਿਆ ਯਾਰ ਕੋਈ ਨਹੀਂ ਵੀਰ ਬੋਲਾ ਤੇ ਅਜ ਆਈ ਥਿੰਕ ਉਹਨੇ ਤਾਂ ਰਿਮੂਵ ਕਰਤੇ ਆਪਣੇ ਕਮੈਂਟ ਤਾਂ ਜੋ ਉਹਨੂੰ ਪਤਾ ਲੱਗ ਗਿਆ ਕਿ ਹਾਂ ਮੈਂ ਗਲਤ ਸੀ ਸਰ ਨੇ ਸਹੀ ਵੀਡੀਓ ਅਪਲੋਡ ਕੀਤੀ ਸੀ ਸੰਜੀਵਰ ਇਹ ਸੀ ਜਸਵੀਰ ਸਿੱਧੂ ਨੇ ਬੜੇ ਮਤਲਬ ਕਿ ਚੰਗੇ ਚੰਗੇ ਕਮੈਂਟ ਕੀਤੇ ਨੇ ਤਾਂ ਵੀ ਸੌਰੀ ਜੀ ਫੇਕ ਵੀਡੀਓ ਸੀ ਤਾਂ ਮੈਂ ਮਾਫੀ ਮੰਗ ਲੀਨਾ ਹੈ ਨਾ ਇੱਕ ਮੇਰੀ ਡੇਲੀ ਦੀ ਸਬਸਕ੍ਰਾਈਬਰ ਹੈ ਮਤਲਬ ਕਿ ਵਿਊਅਰ ਹੈ ਉਹ ਰਜ਼ੀਆ ਕੁਛ ਇਸ ਤਰ੍ਹਾਂ ਦਾ ਨਾਮ ਹੈ ਮੈਂ ਡੇਲੀ ਕਮੈਂਟ ਵੀ ਪੜ੍ਹਦਾ ਆਪਣੀ ਵੀਡੀਓਜ਼ ਵਿੱਚ ਉਹ ਵੀ ਡੇਲੀ ਵਾਲੇ ਮਤਲਬ ਕਿ ਵਿਊਅਰ ਨੇ ਡੇਲੀ ਮੇਰੀ ਕਲਾਸਿਸ ਦੇਖਦੇ ਨੇ ਤੇ ਇਨਫੋਰਮੇਸ਼ਨ ਲੈਂਦੇ ਨੇ ਤੇ ਇਸ ਇਹ ਆ ਗਿਆ ਮਤਲਬ ਕਿ ਰਜ਼ੀਆ ਇਹਨਾਂ ਨੇ ਵੀ ਮਤਲਬ ਕਹਿੰਦੀ ਮੈਨੂੰ ਵੀ ਦੱਸ ਦੋ ਵੀਰ ਜੀ ਮਤਲਬ ਕਿ ਉਰੇ ਜੇ ਇਹਨਾਂ ਨੇ ਲਿਖਿਆ ਹੋਇਆ ਹੈ ਕਿ ਵੀਰ ਜੀ YouTube ਵਾਲੇ ਪਾਗਲ ਬਣਾਉਂਦੇ ਨੇ ਉਹ ਯਾਰ ਮੈਂ ਇੰਨੀ ਕਲਾਸਿਸ ਤੁਹਾਨੂੰ ਪ੍ਰੋਵਾਈਡ ਕਰਵਾਈ ਹੈ ਹੈਨਾ ਮੈਂ ਪਾਗਲ ਥੁੜੀ ਬਣਾਵਾਵਾਂਗਾ ਮੇਰੇ ਨਾਲ ਜਿਹੜੇ ਕੈਂਡੀਡੇਟ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਸਹੀਕ ਇਨਫੋਰਮੇਸ਼ਨ ਦੇਣਾ ਤੇ ਪੂਰੀ ਜਿਹੜੀ ਰੀਅਲ ਇਨਫੋਰਮੇਸ਼ਨ ਹੁੰਦੀ ਆ ਉਹੀ ਪ੍ਰੋਵਾਈਡ ਕਰਵਾਉਣਾ ਸੋ ਫਿਰ ਮੈਂ ਫੇਰ ਕਹਾਂਗਾ ਵੀਡੀਓ ਬਿਲਕੁਲ ਵੀ ਫੇਕ ਨਹੀਂ ਆ ਨਾ ਮਾਸਤਾ ਕੋਈ ਵੀਡੀਓ ਆਪਣੇ ਚੈਨਲ ਤੇ ਫੇਕ ਵੀਡੀਓ ਪਾਈ ਹੈ ਵੀਡੀਓ ਬਿਲਕੁਲ ਰੀਅਲ ਸੀ ਚੈੱਕ ਕਰ ਸਕਦੇ ਹੋ ਐਡਮਿਟ ਕਾਰਡ ਹਾਲੇ ਵੀ ਹੁਣ ਤੱਕ ਪਿਆ ਤੇ ਜਿਵੇਂ ਕਿ ਇਹ ਕਨਸਟੇਬਲ ਡਿਸਟ੍ਰਿਕਟ ਪੁਲਿਸ ਕੈਡਰ ਤੇ ਆਮ ਕੈਡਰ ਦਾ ਐਡਮਿਟ ਕਾਰਡ ਹੈ ਹੁਣ ਅਥੇ ਤੁਸੀਂ ਚੈੱਕ ਕਰਦੇ ਕੋਈ ਸਕਰੀਨਸ਼ਾਟ ਨਹੀਂ ਹੈ ਇਹ ਇਸ ਦੀ ਮਤਲਬ ਕਿ ਯੂਆਰਐਲ ਨੰਬਰ ਹੈ ਤੇ ਬਾਕੀ ਤੁਸੀਂ ਪੂਰਾ ਚੈੱਕ ਕਰ ਸਕੋ ਤਾਂ ਜੋ ਹਾਲੇ ਵੀ ਫੇਕ ਲੱਗਦਾ ਤਾਂ ਪਲੀਜ਼ ਵੀਡੀਓ ਵਿੱਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਸੋ ਇਹ ਗੱਲ ਤਾਂ ਮੈਂ ਸੈਂਡ ਕਰ ਲਈ ਨਾ ਬਾਕੀ ਹੁਣ ਤੁਸੀਂ ਐਗਜ਼ਾਮ ਦੇਣ ਜਾਓਗੇ ਤਾਂ ਕੀ ਯਾਦ ਰੱਖਣਾ ਤੁਹਾਨੂੰ ਸਭ ਤੋਂ ਪਹਿਲਾਂ ਕਾਫੀ ਬੱਚੇ ਪੁੱਛ ਰਹੇ ਨੇ ਮੇਰੇ ਕੋਲ ਕਿ ਕਰੋਨਾ ਦੀ ਰਿਪੋਰਟ ਲੈ ਕੇ ਜਾਣੀ ਜ਼ਰੂਰੀ ਹੈ ਦੇਖੋ ਇਹ ਇਹਨਾਂ ਨੇ ਜਿਹੜੀ ਇੱਕ ਸੈਲਫ ਡਿclaration ਫਾਰਮ ਦਿੱਤਾ ਹੋਇਆ ਹੈ ਆਪਣੇ ਐਡਮਿਟ ਕਾਰਡ ਦੇ ਨਾਲ ਇਹ ਤੁਸੀ ਪ੍ਰਿੰਟ ਕਢਾਉਣਾ ਤੇ ਇੱਥੇ ਆਪਣਾ ਨਾਮ ਲਿਖਣਾ ਹੈ ਤੇ ਇੱਥੇ ਆਪਣਾ ਰੋਲ ਨੰਬਰ ਲਿਖਣਾ ਤੇ ਇੱਥੇ ਡੇਟ ਲਿਖਣੀ ਹੈ ਜਿੱਦੇ ਤੁਹਾਡਾ ਐਗਜ਼ਾਮ ਹੈ ਤੇ ਜਿੱਥੇ ਐਗਜ਼ਾਮ ਐਗਜ਼ਾਮ ਸੈਂਟਰ ਦਾ ਨਾਮ ਲਿਖਣਾ ਅਤੇ ਸਿਗਨੇਚਰ ਕਰਨੀਆਂ ਇਸ ਦਾ ਪ੍ਰਿੰਟ ਨਾਲ ਕਢਾਉਣਾ ਤੇ ਐਗਜ਼ਾਮ ਹਾਲ ਵਿੱਚ ਲੈ ਕੇ ਜਾਣਾ ਉੱਥੇ ਇਸ ਡੈਕਲੇਰੇਸ਼ਨ ਫਾਰਮ ਨੂੰ ਉਹ ਸਬਮਿਟ ਕਰ ਲੈਣਗੇ ਓਵਰঅল ਗੱਲ ਕਰੀਏ ਕੋਈ ਵੀ ਆਪਾਂ ਕੋਰੋਨਾ ਦੀ ਰਿਪੋਰਟ ਨਹੀਂ ਲੈ ਕੇ ਜਾਣੀ ਜੇ ਵੈਕਸੀਨ ਲਵਾਈ ਹੈ ਜਾਂ ਤੁਸੀਂ ਨਹੀਂ ਲਵਾਈ ਹੈ ਕੋਈ ਇਗਜ਼ਾਮ ਤੇ ਫਰਕ ਨਹੀਂ ਪੈਂਦਾ ਤਾਂ ਬਸ ਇਹ ਡਿਕਲੇਰੇਸ਼ਨ ਆਫ ហਫਮ ਜ਼ਰੂਰ ਭਰ ਕੇ ਲੈ ਜਾਓ ਨਾਲ ਇਸ ਤੋਂ ਇਲਾਵਾ ਕਾਫੀ ਬੱਚੇ ਪੁੱਛ ਰਹੇ ਸੀ ਕਿ ਸਰ ਪੇਪਰ ਔਨਲਾਈਨ ਹੋਵੇਗਾ ਜਾਂ ਆਫਲਾਈਨ ਤੁਸੀਂ ਦੇਖ ਸਕਦੇ ਹੋ ਪੇਪਰ ਆਫਲਾਈਨ ਪ੍ਰੀਖਿਆ ਵਿੱਚ ਨਾ ਤਾਂ 네ਗੇਟਿਵ ਮਾਰਕਿੰਗ ਹੋਵੇਗੀ ਮਤਲਬ ਇਹ ਸੀਪੀਡੀ ਟੈਸਟ ਨਹੀਂ ਹੈ ਮਤਲਬ ਕੰਪਿਊਟਰ ਬੇਸਡ ਟੈਸਟ ਨਹੀਂ ਹੈ OMR ਸ਼ੀਟ ਤੇ ਹੋਵੇਗਾ OMR ਸ਼ੀਟ ਬਾਰੇ ਜੇ ਤੁਹਾਨੂੰ ਨਹੀਂ ਪਤਾ ਉੱਪਰ ਆਏ ਬਟਨ ਦੇ ਇੱਕ ਵੀਡੀਓ ਤੁਹਾਨੂੰ ਸ਼ੋ ਹੋ ਰਿਹਾ ਉਸ ਨੂੰ ਜਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਵੇਗਾ ਕਿ OMR ਸ਼ੀਟ ਤੇ ਕਿਵੇਂ ਐਗਜ਼ਾਮ ਹੁੰਦਾ ਹੁੰਦਾ ਹੈ ਅਤੇ ਹੋਰ ਗੱਲ ਕਰੀਏ ਇਸ ਵਿੱਚ ਕੋਈ 네ਗਟਿਵ ਮਾਰਕ ਨਹੀਂ ਆ ਜਿੰਨਾ ਤੁਹਾਡਾ ਮਨ ਕਰੇ ਤੁੱਕੇ ਲਗਾ ਕੇ ਆਓ ਮਤਲਬ ਹੱfte ਕੋਲੋ ਕੋਈ ਵੀ ਆਪਸ਼ਨ ਸਲੈਕਟ ਕਰਿਆ ਕਿਓ ਜੇ ਤੁਹਾਨੂੰ ਕੁਐਸਚਨ ਨਹੀਂ ਆਉਂਦਾ ਸਸ ਤੁਹਾਡੀ ਕੋਸ਼ਿਸ਼ ਕੀ ਹੋਣੀ ਚਾਹੀਦੀ ਹੈ ਕਿ ਕੋਈ ਵੀ ਕੁਐਸਚਨ ਰਹਿ ਵੀ ਨਾ ਜੇ ਤੁਹਾਨੂੰ ਨਹੀਂ ਆਂਦਾ ਤਾਂ ਗਲਤ ਵੀ ਟਿੱਕ ਲਗਾ ਦਿਓ ਕਿਉਂਕਿ ਉਸਦਾ ਕੋਈ 네ਗੇਟਿਵ ਮਾਰਕ ਤਾਂ ਨਹੀਂ ਹੈ ਲਗਾ ਦਿਓ ਗਲਤ ਹੈ ਤਾਂ ਗਲਤ ਹੋ ਜਾਵੇਗਾ ਤੇ ਜੇ ਛੱਡੋਗੇ ਤਾਂ ਵੀ ਉਹ ਗਲਤ ਉਸਦਾ ਕੋਈ ਨੰਬਰ ਨਹੀਂ ਮਿਲਣਾ ਹੋਰ ਵਾਕਿ ਤੁਸੀਂ ਆਪਣਾ ਇੱਕ ਆਈਡੀ ਪ੍ਰੂਫ ਜ਼ਰੂਰ ਲੈ ਕੇ ਜਾਣਾ ओरिजिनल ਉਹ ਵੋਟਰ ਕਾਰਡ ਹੋਵੇ ਆਧਾਰ ਕਾਰਡ ਹੋਵੇ ਪੈਨ ਕਾਰਡ ਹੋਵੇ ਜਾਂ ਆਪਣਾ ਪਾਸਪੋਰਟ ਹੋਵੇ ਜਾਂ ਡਰਾਈਵਿੰਗ ਲਾਇਸੈਂਸ ਹੋਵੇ ओरिजिनल ਆਈਡੀ ਪ੍ਰੂਫ ਨਾਲ ਲੈ ਕੇ ਜਾਣਾ ਔਰ ਦੋਸਤੋ ਇਸ ਤੋਂ ਇਲਾਵਾ ਜੇ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਇਹ ਮੇਰਾ ਇੰਸਟਾਗ੍ਰam ਹੈ ਜਿਹੜੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ